ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ, ਮਖੌਲ ਕਰ ਰਿਹਾ, ਗੁੰਮਰਾਹ ਕਰ ਰਿਹਾ। ਐਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ। ਲੋਕ ਮਰ ਰਹੇ ਨੇ, ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਕੈਂਸਰ ਦੇ ਨਾਲ, ਕਾਲੀ ਪੀਲੀਏ ਦੇ ਨਾਲ, ਹੋਰ ਭਿਆਨਕ ਬਿਮਾਰੀਆਂ ਨਾਲ ਲੋਕਾਂ ਨੂੰ ਮੌਤ ਲਗਾਤਾਰ ਮਿਲੀ ਹੈ। ਕੱਲ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ, ਕਹਿੰਦਾ ਜੀ ਮੈਂ ਵਿਰੋਧੀਆਂ ਦੀਆਂ ਜੜਾਂ ਚ ਬਹਿ ਜੂੰਗਾ। ਅਸਲ ਇਹ ਉਹ ਬੰਦਾ ਜਿਹੜਾ ਪੰਜਾਬ ਦੀਆਂ ਜੜਾਂ ਚ ਬੈਠ ਰਿਹਾ, ਇਕੱਲੀਆਂ ਗੱਲਾਂ ਤੋਂ ਇਲਾਵਾ, ਇਕੱਲੀਆਂ ਕਹਾਣੀਆਂ ਤੋਂ ਇਲਾਵਾ, ਚੁਟਕਲਿਆਂ ਤੋਂ ਇਲਾਵਾ, ਗੱਪਾਂ ਤੋਂ ਇਲਾਵਾ, ਵਿਰੋਧੀਆਂ ਦੇ ਤੰਜ ਕਸਣ ਤੋਂ ਇਲਾਵਾ ਕੀ ਕਰ ਰਿਹਾ? ਆ ਪਿੱਛੇ ਜੇ ਹੁਣ ਲਗਾਤਾਰ ਦੋ ਤਿੰਨ ਮੀਟਿੰਗਾਂ ਸੱਦੀਆਂ, ਕੈਬਨਿਟ ਮੀਟਿੰਗ ਸੱਦੀ ਆ, ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ, ਫਿਰ ਜਿਸ ਤਰ੍ਹਾਂ ਕੋਈ ਨੈਬੂਲਾ ਕੋਈ ਕੰਪਨੀ ਆ ਕੈਨੇਡਾ ਦੀ, ਇਸ ਤਰ੍ਹਾਂ ਬਾਈ ਤੋਰ ਨੇ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰੱਖ ਰਹੇ ਨੇ ਕਿ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਵੀ ਇਹ ਜਿਹੜਾ ਪਾਣੀ ਆ ਸਾਫ਼ ਇਹ ਕੌਣ ਕੰਪਨੀ ਕਰੂਗੀ। ਤੁਸੀਂ ਜ਼ਹਿਰ ਪਾਈ ਕਿਉਂ ਰਹੇ ਆ? ਸਵਾਲ ਇਹ ਪੈਦਾ ਹੁੰਦਾ, ਉਹ ਜ਼ਹਿਰ ਹੀ ਬੰਦ ਕਰ ਦਿਓ। ਉਹ ਜ਼ਹਿਰ, ਉਹ ਕੈਮੀਕਲ ਜਿਹੜੇ ਕਿਸੇ ਬੈਕਟੀਰੀਏ ਨਾਲ, ਜਿਵੇਂ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਡਰਾਮਾ ਰਿਹਾ ਸੀਗਾ, 10-12 ਸਾਲ ਪਹਿਲਾਂ ਇੱਥੇ ਵੱਡੇ ਦਰਿਆ ਦੇ ਉੱਤੇ ਖੜ ਕੇ ਸਿੱਟ ਕੇ ਬੈਕਟੀਰੀ ਦੀਆਂ ਆਪਣੀਆਂ ਬੋਰੀਆਂ ਵਿੱਚ ਕਹਿੰਦੇ ਜੀ ਲੋ ਹੋ ਗਿਆ ਸਾਫ਼, 10 ਸਾਲ ਲੰਘ ਗਏ। ਹੁਣ ਉਹੀ ਇਹ ਟਾਈਮ ਲੰਘਾਉਣ ਨੂੰ ਮੁੱਖ ਮੰਤਰੀ ਫਿਰਦਾ, ਪਰ ਹੁਣ ਇਹ ਬਰਦਾਸ਼ਤ ਨਹੀਂ ਹੈ, ਹੁਣ ਇਹ ਡਰਾਮਾ ਨਹੀਂ ਚੱਲੂਗਾ। ਸੋ ਅਸੀਂ ਜਿਸ ਤਰ੍ਹਾਂ ਬਾਈ ਮਤੋਈ ਨੇ ਕਿਹਾ ਕਿ 1 ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਫਿਰੋਜ਼ਪੁਰ ਰੋਡ ਦੇ ਉੱਤੇ ਬੇਰਕਾ ਪਲਾਂਟ ਦੇ ਕੋਲੇ ਅਸੀਂ ਪੱਕੇ ਤੌਰ ਤੇ ਆ ਕੇ ਇੱਥੇ ਰੁਕ ਰਹੇ ਹਾਂ, ਇੱਥੇ ਬੈਠ ਰਹੇ ਹਾਂ ਤੇ ਇੱਥੋਂ ਇਹ ਜ਼ਹਿਰਾਂ ਬੰਦ ਕਰਕੇ ਉੱਠਾਂਗੇ। ਸੋ ਅਸੀਂ ਕਈ ਵਾਰੀ ਸਵਾਲ ਉੱਠਦਾ ਵੀ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ, ਪਰ ਉਹ ਤੁਸੀਂ ਗਾਹਾਂ ਕਿਉਂ ਲੈ ਗਏ? ਕਿਉਂਕਿ ਅਸੀਂ ਇਸ ਮਸਲੇ ਦਾ ਪੱਕੇ ਤੌਰ ਤੇ, ਸਥਾਈ ਤੌਰ ਤੇ ਹੱਲ ਚਾਹੁੰਦੇ ਹਾਂ। ਅਸੀਂ ਉਹ ਨੇ ਵੀ ਲਾਲਾ ਕਰਾਤੀ ਜੀ, ਰੌਲਾ ਪਾਤਾ ਜੀ, ਹਾਂ ਜੀ ਅਸੀਂ ਆਹ ਕਰਤਾ ਆਹ ਕਰਤਾ, ਉਹਨਾਂ ਕੱਖ ਨਹੀਂ ਹੋਣਾ। ਅਸੀਂ ਚਾਹੁੰਦੇ ਹਾਂ ਵੀ ਇਹ ਬਹੁਤ ਗੰਭੀਰ ਮੁੱਦਾ ਹੈ, ਇਹ ਸਾਰਿਆਂ ਮੁੱਦਿਆਂ ਨਾਲੋਂ ਅਹਿਮ ਮਸਲਾ ਪੰਜਾਬ ਦਾ ਅੱਜ ਬਣਿਆ ਹੋਇਆ, ਚਾਹੇ ਧਰਤੀ ਹੇਠਾਂ ਤੇ ਚਾਹੇ ਦਰਿਆਵਾਂ ਚ ਜ਼ਹਿਰ ਪਾਈ ਜਾ ਰਹੀ ਆ। ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੁਣ ਐਨ ਕੋਕੇ ਜੜ ਕੇ ਉੱਠਾਂਗੇ, ਜੋ ਮਰਜ਼ੀ ਹੋ ਜਾਏ, ਇਹਨੇ ਚੱਕ ਕੇ ਜੇਲ੍ਹ ਸਿੱਟਣੇ ਆ, ਬੰਦ ਕਰਨੇ ਆ, ਪਰਚੇ ਦੇਣੇ ਆ, ਭਾਂਤਰੇ ਸਰਕਾਰ ਨੇ ਉਹ ਕਰ ਲਏ ਤੇ ਨਹੀਂ, ਪਰ ਹਾਲ ਹਾਲ ਦੇ ਵਿੱਚ ਅਸੀਂ ਇਹ ਜ਼ਹਿਰਾਂ ਬੰਦ ਕਰਕੇ ਸਾਹ ਲਵਾਂਗੇ। ਸਰ ਮਾਨ ਸਾਹਿਬ ਨੇ ਜਿਹੜਾ ਰੋਜ਼ ਦੇ ਪਹਿਲਾਂ ਬੋਲਣ ਨੂੰ ਬੋਲਣ ਇੱਕ ਗੱਲ ਵਸੀ ਕਹੇ ਫਿਰ ਉਹ ਤੋਂ ਬਾਅਦ ਸਵਾਲ ਜਵਾਬ ਜੀ ਸਰ ਮੇਰਾ ਫਰੇਮ ਦੇ ਲਈ ਮੇਰੀ